ਜਲੰਧਰ ਵਿੱਚ ਜ਼ਿਮਨੀ ਚੋਣਾਂ ਦੌਰਾਨ ਮੋਹਿੰਦਰ ਭਗਤ ਨੇ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਵੱਡੀ ਜਿੱਤ ਪਾਈ ਸੀ। ਜਿੱਥੇ ਸ਼ੀਤਲ ਅੰਗਰਾਲ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਜੁਆਇਨ ਕਰ ਜਾਂਦੇ ਨੇ ਔਰ ਉਸ ਕਾਰਨ ਉੱਥੇ ਜ਼ਿਮਨੀ ਚੋਣ ਦਾ ਮਾਹੌਲ ਬਣਦਾ, ਉੱਥੇ ਹੀ ਮੋਹਿੰਦਰ ਭਗਤ ਜਿਹੜੇ ਪਹਿਲਾਂ ਬੀਜੇਪੀ ਤੋਂ ਟੁੱਟ ਕੇ ਲੋਕ ਸਭਾ ਇਲੈਕਸ਼ਨਸ ਦੌਰਾਨ ਆਮ ਆਦਮੀ ਪਾਰਟੀ ਦਾ ਹਿੱਸਾ ਬਣੇ ਸੀ, ਉਹੀ ਮੋਹਿੰਦਰ ਭਗਤ ਜਿਹੜੇ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਵੱਡੀ ਜਿੱਤ ਪਾਈ, ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਦਵਾਈ ਸੀ ਔਰ ਮੋਹਿੰਦਰ ਭਗਤ ਦੇ ਨਾਲ ਇੱਕ ਵਾਅਦਾ ਕੀਤਾ ਗਿਆ। ਸੀਐਮ ਭਗਵੰਤ ਮਾਨ ਮੋਹਿੰਦਰ ਭਗਤ ਦੇ ਨਾਲ ਇੱਕ ਵਾਅਦਾ ਕਰਦੇ ਨੇ, ਜਿਸ ਵਾਅਦੇ ਵਿੱਚ ਕਿਹਾ ਜਾਂਦਾ ਹੈ ਕਿ ਮੰਤਰੀ ਪਦ ਵੀ ਜਲਦ ਦਿੱਤਾ ਜਾਵੇਗਾ, ਇੱਕ ਵੱਡਾ ਤੋਹਫ਼ਾ ਦਿੱਤਾ ਜਾਵੇਗਾ। ਮੰਤਰੀ ਬਣਾਉਣ ਦੀ ਗੱਲ ਕੀਤੀ ਗਈ ਸੀ, ਉਹ ਵਾਅਦਾ ਕੀਤਾ ਗਿਆ ਸੀ, ਪਰ ਹੁਣ ਐਂ ਪ੍ਰਤੀਤ ਹੋ ਰਿਹਾ ਜਿਵੇਂ ਸੀਐਮ ਭਗਵੰਤ ਮਾਨ ਨੇ ਵੀ ਮੋਹਿੰਦਰ ਭਗਤ ਦੇ ਨਾਲ ਵਾਅਦਾ ਖਿਲਾਫੀ ਕਰ ਦਿੱਤੀ, ਐਂ ਜਿਵੇਂ ਮਹਿੰਦਰ ਭਗਤ ਨਾਲ ਵਾਅਦਾ ਕਰਕੇ ਅਤੇ ਉਹ ਵਾਅਦਾ ਤੋੜ ਦਿੱਤਾ। ਦਰਅਸਲ ਅਜੇ ਤੱਕ ਮਹਿੰਦਰ ਭਗਤ MLA ਨੇ, ਜ਼ਰੂਰ ਵਿਧਾਨ ਸਭਾ ਜਿਹੜਾ ਇਜਲਾਸ ਹੈ ਉਸਦੇ ਵਿੱਚ ਮਹਿੰਦਰ ਭਗਤ ਗਏ ਨੇ ਔਰ ਉੱਥੇ ਜਾ ਕੇ ਬਾਕੀ MLAs ਦੇ ਵਾਂਗ ਉਸ ਵਿਧਾਨ ਸਭਾ ਦੇ ਵਿੱਚ ਬੈਠੇ ਵੀ, ਪਰ ਇਸਦੇ ਬਾਵਜੂਦ ਅਜੇ ਤੱਕ ਉਹ ਵਾਅਦਾ ਪੂਰਾ ਨਹੀਂ ਕੀਤਾ ਗਿਆ। ਅਜੇ ਤੱਕ ਉਸ ਵਾਅਦੇ ਨੂੰ ਨੇਪਰੇ ਨਹੀਂ ਚਾੜਿਆ ਗਿਆ ਜਿਸ ਵਾਅਦੇ ਦੇ ਬਦੌਲਤ 'ਤੇ ਕਿਹਾ ਗਿਆ ਸੀ ਕਿ ਮਹਿੰਦਰ ਭਗਤ ਜਲਦ ਮੰਤਰੀ ਮੰਡਲ ਦੇ ਵਿੱਚ ਵੀ ਆਉਣਗੇ। ਖੈਰ, ਇਹਦਾ ਕਾਰਨ ਕੀ ਹੈ, ਮਹਿੰਦਰ ਭਗਤ ਇਸ ਗੱਲ ਨੂੰ, ਇਸ ਇਲਜ਼ਾਮ ਨੂੰ, ਇਸ ਟਿੱਪਣੀ ਨੂੰ ਕਿਸ ਤਰ੍ਹਾਂ ਵੇਖਦੇ ਨੇ, ਕਿਸ ਤਰ੍ਹਾਂ ਪਰਸੀਵ ਕਰਦੇ ਨੇ, ਕਿ ਉਹਨਾਂ ਨੂੰ ਵੀ ਲੱਗਦਾ ਕਿ ਉਹਨਾਂ ਦੇ ਨਾਲ ਵਾਅਦਾ ਖਿਲਾਫੀ ਹੋਈ ਹੈ, ਆਓ ਮਹਿੰਦਰ ਭਗਤ ਦੇ ਮੂੰਹ ਹੀ ਸੁਣਦੇ। ਮੈਨੂੰ ਵੀ ਮੌਕਾ ਮਿਲਿਆ ਹੈ, ਇਹ ਸਾਰਾ ਹੀ ਪੰਜਾਬ ਦੇ ਮੁੱਖ ਮੰਤਰੀ ਹਰਮਨ ਪਿਆਰੇ, ਨੇਤਾ ਜਨਤਾ ਜਨ ਨਾਇਕ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਬਦੌਲਤ, ਜਿਨ੍ਹਾਂ ਨੇ ਇਲੈਕਸ਼ਨ ਦੇ ਦਰਮਿਆਨ ਆਪਣੇ ਪਰਿਵਾਰ ਸਹਿਤ ਔਰ ਸਾਰੇ MLA ਸਾਹਿਬਾਨ, ਚੇਅਰਮੈਨ ਸਾਹਿਬਾਨ ਨੇ ਦਿਨ ਰਾਤ ਮਿਹਨਤ ਕਰਕੇ ਮੈਨੂੰ ਭਾਰੀ ਬਵਨ ਜਿਤਾਇਆ ਹੈ, ਮੈਂ ਉਹਦਾ ਧੰਨਵਾਦ ਕਰਦਾ ਹਾਂ। ਔਰ ਅੱਜ ਜੋ ਵਾਅਦੇ ਆਪਾਂ ਇਲੈਕਸ਼ਨ ਦਰਮਿਆਨ ਕੀਤੇ ਸਨ ਕਿ ਆਪਣੇ ਹਲਕੇ ਦੇ ਵਿੱਚ ਕਿ ਮੈਂ ਉਹਦੀਆਂ ਜੋ ਵੀ ਸਮੱਸਿਆ ਹਨ ਹਲਕਿਆਂ ਦੀ, ਚਾਹੇ ਸੀਵਰੇਜ ਹੈ, ਵਾਟਰ ਸਪਲਾਈ, ਸਟਰੀਟ ਲਾਈਟ, ਜੋ ਮੁੱਢਲੀਆਂ ਲੋੜਾਂ ਹਨ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਮੈਂ ਹੱਲ ਕਰਾਵਾਂਗੇ। ਔਰ ਜਿਵੇਂ ਮੇਰੇ ਪਿਤਾ ਜੀ ਨੇ ਹਲਕੇ ਦਾ ਵਿਕਾਸ ਕਰਾਇਆ, ਅੱਜ ਵੀ ਲੋਕ ਯਾਦ ਕਰਦੇ ਨੇ, ਮੈਂ ਵੀ ਆਪਣੀ ਟਨੋਰ ਦੇ ਵਿੱਚ ਸਾਰੀ ਜਨਤਾ ਦਾ ਜੋ ਹੈ ਕੰਮ ਕਰਾਂਗਾ। ਇਹ ਮੇਰਾ ਫਰਜ਼ ਬਣਦਾ, ਜਿਨ੍ਹਾਂ ਨੇ ਮੈਨੂੰ ਵੋਟ ਪਾ ਕੇ ਜਿਤਾਇਆ ਹੈ, ਮੈਂ ਉਹਦੇ ਕੰਮ ਕਰਾਂ। ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਤੁਸੀਂ MLA ਬਣ ਗਏ, ਉਹ ਤੁਹਾਡੇ ਨਾਲ ਇੱਕ ਵਾਅਦਾ ਹੋਇਆ ਸੀ ਮੰਤਰੀ ਬਣਾਉਣ ਦਾ, ਕਾਫੀ ਟਾਈਮ ਹੋ ਗਿਆ, ਹੋਰ ਕੋਈ ਗੱਲਬਾਤ ਹੋ ਗਈ ਹੈ ਕੋਈ ਪ੍ਰੋਸੈਸ ਨੂੰ ਲੈ ਕੇ? ਦੇਖੋ, ਜਿਹੜੇ ਕੰਮ ਪੈਰੋਗੇਟਿਵ CM ਸਾਹਿਬ ਦਾ ਹੈਗਾ, ਇਹ ਬਿਹਤਰ ਜਾਣਦੇ ਨੇ, ਸੋ ਮੈਨੂੰ ਪੂਰਾ ਯਕੀਨ ਹੈ, ਮੈਂ ਐਜ਼ ਏ ਮੈਂਬਰ ਆਫ ਦਾ ਲੈਜਿਸਲੇਟਿਵ, ਮੈਂ ਮਾਨ ਸਾਹਿਬ ਦਾ ਇੱਕ ਹਿੱਸਾ ਹਾਂ ਸਰਕਾਰ ਦਾ, ਔਰ ਮੈਂ ਜੋ ਮੇਰੇ ਪਾਰਟੀ ਡਿਊਟੀ ਲਗਾਏਗੀ ਮੈਂ ਤਨਮਈ ਦੇ ਨਾਲ ਇਮਾਨਦਾਰੀ ਨਿਭਾਵਾਂਗਾ, ਇਹ ਮੇਰਾ ਫਰਜ਼ ਬਣਦਾ ਹੈ। ਜਿੱਤਣ ਤੋਂ ਬਾਅਦ